ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 30 ਰਾਗਾਂ ਦੇ ਵਿੱਚ ਬਾਣੀ ਹੈ। ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦਾ ਆਪਣਾ ਜੋ ਨਿੱਜੀ ਨਾਮ ਹੈ ਸਰੀਰ ਦਾ ਜੋਤ ਨਾਨਕ ਪਦ ਹੈ। ਜਿਸ ਸਰੀਰ ਵਿੱਚ ਨਾਨਕ ਜੋਤ ਵਰਤਰੀ ਹੈ ਉਹਨਾਂ ਸਰੀਰਾਂ ਨੂੰ ਵੀ ਵੱਖ ਵੱਖ ਨਾਵਾਂ ਨਾਲ ਆਪਾਂ ਸੰਬੋਧਨ ਕਰਨੇ। ਜੋਤ ਗੁਰੂ ਅੰਗਦ ਦੇਵ ਵਿੱਚ ਵੀ ਨਾਨਕ ਸਤਿਗੁਰੂ ਜੀ ਦੀ ਹੈ ਪਰ ਅਸੀਂ ਸ਼ਬਦ ਗੁਰੂ ਅੰਗਦ ਦੇਵ ਵਰਤਨੇ। ਗੁਰੂ ਅਮਰਦਾਸ ਵਿੱਚ ਵੀ ਜੋਤ ਗੁਰੂ ਨਾਨਕ ਸਾਹਿਬ ਦੀ ਹੈ ਪਰ ਸ਼ਬਦ ਅਸੀਂ ਉਹਨਾਂ ਲਈ ਨਿੱਜੀ ਸਰੀਰ ਵਾਸਤੇ ਸ਼ਬਦ ਅਮਰਦਾਸ ਵਰਤਨੇ। ਗੁਰੂ ਅਰਜਨ ਦੇਵ ਮਹਾਰਾਜ ਅਸੀਂ ਪੰਚਮ ਪਾਤਸ਼ਾਹ ਕਹਿੰਦੇ ਹਾਂ। ਮੈਂ ਵਿਸਲਾ ਨਾ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਦਾ ਨਾਮ 20 ਵਾਰੀ ਆਇਆ ਹੈ। 19 ਵਾਰੀ ਭੱਟਾਂ ਦੇ ਸਵਈਆਂ ਵਿੱਚ ਆਇਆ ਤੇ 1 ਵਾਰੀ ਰਾਮਕਲੀ ਕੀ ਵਾਰ ਵਿੱਚ ਆਇਆ ਹੈ ਜਿਹੜੀ ਸੱਤੇ ਬਲਵੰਡ ਦੀ ਹੈ। ਪਰ ਥੋੜਾ ਜਿਹਾ ਅੰਤਰ ਹੈ ਅੱਖਰਾਂ ਵਿੱਚ। ਭੱਟਾਂ ਦੇ ਸਵਈਆਂ ਵਿੱਚ 19 ਵਾਰ ਜਿਹੜਾ ਸ਼ਬਦ ਆਇਆ ਉੱਥੇ ਅਰਜਨ ਦੇ ਜੱਜੇ ਨੂੰ ਔਂਕੜ ਲੱਗੀ ਅਰਜੁਨ। ਜਿਹੜਾ ਸ਼ਬਦ ਗੁਰੂ ਕੇ ਰਬਾਬੀਆਂ ਨੇ ਵਰਤਿਆ ਹੈ ਉਹ ਸਿੱਧਾ ਸ਼ਬਦ ਅਰਜਨ ਹੈ। ਜਿਵੇਂ ਅਸੀਂ ਪਾਠ ਕਰਨੇ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ, ਇੱਥੇ ਅਰਜਨ ਹੈ। ਜਦੋਂ ਅਸੀਂ ਭੱਟਾਂ ਦੇ ਬਚਨ ਪੜ੍ਹਨੇ ਆ ਉਸ ਵਿੱਚ ਉਹ ਬਚਨ ਕਰਦੇ ਆ ਜਪਿਓ ਜਿਨ ਅਰਜੁਨ ਦੇਵ ਗੁਰੂ, ਉੱਥੇ ਔਂਕੜ ਹੈ। ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਏ। ਇਹ ਸਾਰੇ ਅਸੀਂ ਬਚਨ ਜਿੰਨੇ ਪੜ੍ਹਦੇ ਆ ਸਵਈਆਂ ਚ ਉਹ ਅਰਜੁਨ ਸ਼ਬਦ ਵਰਤਨੇ ਹਨ। ਉਂਝ ਵੈਸੇ ਸਵਈਆਂ ਵਿੱਚ ਭੱਟਾਂ ਨੇ ਅਰਜੁਨ ਤੇ ਅਰਜੁਨ ਦੇ ਤੀਰਾਂ ਨਾਲ ਵੀ ਤੁਲਨਾ ਕੀਤੀ ਹੈ ਪਰ ਅਰਜੁਨ ਦੇ ਅਰਥ ਸਾਡੇ ਗੁਰਮੁਖ ਵਿਦਵਾਨ ਨੇ ਕੀਤੇ। ਉਹਨਾਂ ਨੇ ਜਦੋਂ ਅਰਥ ਕੀਤੇ ਇੱਕ ਤਾਂ ਉਹਨਾਂ ਗੱਲ ਕਹੀ ਵੀ ਸਵਈਆਂ ਵਿੱਚ ਸਾਨੂੰ ਅਰਜੁਨ ਸ਼ਬਦ ਹੀ ਪੜ੍ਹਨਾ ਚਾਹੀਦਾ ਹੈ, ਉਹ ਔਂਕੜ ਬੋਲਣੀ ਚਾਹੀਦੀ ਹੈ। ਉਹਨਾਂ ਨੇ ਫਿਰ ਇਹਦੇ ਅਰਥ ਕਰਦੇ ਆ ਦੋ ਸ਼ਬਦ ਬਣਾਏ ਅਰ ਤੇ ਜੁਨ। ਅਰ ਲਫ਼ਜ਼ ਬ੍ਰਿਜ ਭਾਸ਼ਾ ਵਿੱਚ ਵੀ ਆਉਂਦਾ ਹੈ। ਇਹ ਅਰ ਦਾ ਅਰਥ ਅਤੇ ਵੀ ਹੁੰਦਾ ਤੇ ਅਰ ਦਾ ਅਰਥ ਦੁਸ਼ਮਣ ਵੀ ਹੁੰਦਾ ਹੈ। ਅਰਸੋਂ ਜਬ ਜਾਏ ਲਰੂ, ਅਰ ਦਾ ਅਰਥ ਅਤੇ ਜਾਂ ਤੇ ਅਰ ਦਾ ਅਰਥ ਦੁਸ਼ਮਣ। ਉਹ ਕਹਿੰਦੇ ਅਰ ਦਾ ਲਫ਼ਜ਼ ਹੀ ਅਰਥ ਕੀਤਾ ਉਹਨਾਂ ਨੇ ਦੁਸ਼ਮਣ ਅਤੇ ਨਹੀਂ ਕੀਤਾ। ਤੇ ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਜਿੰਨੇ ਸ਼ਬਦ ਨੇ ਹਰ ਸ਼ਬਦ ਦੇ ਅੱਖਰਾਂ ਦੀ ਡੂੰਘਾਈ ਵੀ ਜਾਵਾਂਗੇ ਇਹ ਸ਼ਬਦ ਦੀ ਬਣਤਰ ਕਿਵੇਂ ਹੈ ਫਿਰ ਦੇਖਿਓ ਵਿਆਖਿਆ ਦਾ ਰਸ ਹੀ ਕੁਝ ਹੋਰ ਨਿਕਲਦਾ ਹੈ। ਹੁਣ ਸ਼ਬਦ ਹੈ ਦੁਸ਼ਮਣ ਤੇ ਅਸੀਂ ਸ਼ਬਦ ਵਰਤਾਂਗੇ ਦੁਸ਼ਮਣ ਦਾ ਅਰਥ ਵੈਰੀ। ਉਂਝ ਇਹ ਸ਼ਬਦ ਜਿਹੜਾ ਹੈ ਇਹ ਦੋ ਲਫ਼ਜ਼ਾਂ ਨਾਲ ਬਣਿਆ ਦੂਸ਼ਿਤ ਤੇ ਮਨ ਦੋਨੋਂ ਇਕੱਠੇ ਹੋਏ। ਇੱਥੇ ਭਾਈ ਸਾਹਿਬ ਕਾਨ ਸਿੰਘ ਰਾਭਾ ਲਿਖਦੇ ਹੈ ਦੁਸ਼ਮਣ ਦਾ ਅਰਥ ਹੈ ਦੂਸ਼ਿਤ ਹੈ ਮਨ ਜਿਸਕਾ, ਜਿਸ ਦਾ ਮਨ ਦੂਸ਼ਿਤ ਹੈ ਤੁਹਾਡੇ ਪ੍ਰਤੀ ਚੰਗੇ ਫੁਰਨੇ ਨਹੀਂ ਰੱਖਦਾ। ਕੋਈ ਜ਼ਰੂਰੀ ਨਹੀਂ ਉਹ ਡਾਂਗ ਸੋਟਾ ਤਲਵਾਰ ਲੈ ਕੇ ਆਏ, ਜਿਹੜਾ ਬੰਦਾ ਪਰਿਵਾਰ ਵਿੱਚ ਵੀ ਤੁਹਾਡੇ ਪ੍ਰਤੀ ਮਾੜੇ ਫੁਰਨੇ ਨਾਲ ਜ਼ਿੰਦਗੀ ਜੀ ਰਿਹਾ ਉਹਦੇ ਲਈ ਵੀ ਸ਼ਬਦ ਦੁਸ਼ਮਣ ਹੀ ਵਰਤਿਆ ਜਾਂਦਾ ਹੈ। ਦੂਸ਼ਿਤ ਹੈ ਮਨ ਜਿਸਕਾ, ਜਿਹਦਾ ਮਨ ਦੁਸ਼ਮਣ ਹੈ ਮਨ ਮੈਲਾ। ਉਹਨਾਂ ਨੇ ਅਰ ਦਾ ਅਰਥ ਦੁਸ਼ਮਣ ਕੀਤਾ ਤੇ ਜੁਨ ਜਿਹੜਾ ਲਫ਼ਜ਼ ਹੈ ਇਹਦਾ ਅਰਥ ਕੀਤਾ ਜੁੰਝਣਾ, ਜੁੰਝਣਾ ਜੂਝਣਾ ਨਹੀਂ ਜੁੰਝਣਾ ਹੈ। ਬੜਾ ਉਚਾਰਨ ਕਰਨ ਚ ਫਰਕ ਲੱਗਦਾ, ਜੂਝਣਾ ਤੇ ਜੁੰਝਣਾ ਜਿਹੀਆਂ, ਜੁੰਝਣਾ ਤੇ ਜੂਝਣਾ। ਉਹ ਕਹਿੰਦੇ ਜੂਝਣ ਦਾ ਅਰਥ ਹੈ ਸੰਘਰਸ਼ ਕਰਨਾ ਤੇ ਜੁੰਨਾ ਦਾ ਅਰਥ ਹੈ ਜਿਹੜਾ ਸੰਘਰਸ਼ ਵਿੱਚੋਂ ਜਿੱਤ ਗਿਆ ਹੈ। ਅਰਜੁਨ ਦਾ ਅਰਥ ਹੈ ਕਿ ਉਹ ਪਾਤਸ਼ਾਹ ਜਿਹਨੇ ਅੰਦਰ ਦੇ ਬਾਹਰ ਦੇ ਦੁਸ਼ਮਣਾਂ ਉੱਤੇ ਫਤਿਹ ਪਾਈ ਹੋਈ। ਅਰਜੁਨ ਦੇ ਅਰਥ ਕਿ ਕੌਣ ਹੈ ਅਰਜੁਨ,